ਜਸਵੰਤ ਸਿੰਘ ਵਿਰਦੀ ਦੀ ਕਹਾਣੀ ਸਾੰਬਲੀ ਸਾੰਬਲੀ ਰੋ ਰਹੀ ਸੀ ਤੇ ਉਹਦੀ ਮਾਸੂਮ ਜਿਹੀ ਆਵਾਜ਼ ਕੰਬ ਰਹੀ ਸੀ ਆਵਾਜ਼ ਕੰਬ ਰਹੀ ਸੀ ਤੇ ਉਹ ਰੋ ਰਹੀ ਸੀ ਉਹਦੀਆਂ ਛੋਟੀਆਂ-ਛੋਟੀਆਂ ਅੱਖਾਂ ਭਿੱਜ ਗਈਆਂ ਸਨ ਤੇ ਗੁਲਾਬ ਦੀਆਂ ਪੰਖੜੀਆਂ ਵਰਗੇ ਛੋਟੇ ਬੁੱਲ ਕੰਬ ਰਹੇ ਸਨ ਉਹਦਾ ਸਾੰਮਲਾ ਰੰਗ ਹੋਰ ਵੀ ਗਹਿਰਾ ਹੋ ਗਿਆ ਸੀ ਸਾੰਬਲੀ ਦੀ ਮਾਤਾ ਰਸੋਈ ਘਰ 'ਚ ਕੰਮ ਕਰ ਰਹੀ ਸੀ ਇਸ ਲਈ ਉਹਨੂੰ ਸ਼ਾਮਲੀ ਦੀ ਆਵਾਜ਼ ਪੂਰੀ ਤਰ੍ਹਾਂ ਨਹੀਂ ਸੀ ਸੁਣਾਈ ਦੇ ਰਹੀ ਇਸ ਘਰ 'ਚ ਮੇਰੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਸ਼ਾਮਲੀ ਸੋਚਦੀ ਸੀ ਤੇ ਇਸ ਗੱਲ ਨੂੰ ਸੋਚ ਕੇ ਫਿਰ ਰੋ ਪੈਂਦੀ ਸੀ ਰੋ ਲਹਿ ਤੂੰ ਵੀ ਰੋ ਲਹਿ ਸ਼ਾਮਲੀ ਦੀ ਮਾਤਾ ਉਹਦੀ ਆਵਾਜ਼ ਸੁਣ ਲੈਂਦੀ ਤੇ ਖਿੱਚ ਕੇ ਕਹਿੰਦੀ ਤੇ ਉਹਨੂੰ ਰੋਣ ਲਈ ਛੱਡ ਦਿੰਦੀ ਜਿਵੇਂ ਉਹਨੂੰ ਸ਼ਾਮਲੀ ਦੀ ਕੋਈ ਵੀ ਪਰਵਾਹ ਨਾ ਹੋਵੇ ਮੈਂ ਕਿਦੀ ਕਿਦੀ ਪਰਵਾਹ ਕਰਾਂ ਉਹ ਕਹਿੰਦੀ ਸੀ ਜਿਸਨ ਸਾੰਵਲੀ ਦਾ ਜਨਮ ਹੋਇਆ ਉਸਨੋਂ ਦੀ ਮਾਤਾ ਬਹੁਤ ਰੋਈ ਸੀ ਹਾਈ ਹਾਈ ਤੀਜੀ ਵੀਤੀ ਆ ਗਈ ਉਹਨੇ ਦੁਖੀ ਮਨ ਨਾਲ ਕਿਹਾ ਸੀ ਤੇ ਉਹ ਬੇਹੋਸ਼ ਹੋ ਗਈ ਸੀ ਉਸ ਵੇਲੇ ਲੱਗਦਾ ਸੀ ਜਾਂ ਤਾਂ ਉਹ ਬਚੇਗੀ ਜਾਂ ਸਾੰਵਲੀ ਪਰ ਦੋਵੇਂ ਜਿਉਂਦੀਆਂ ਸਨ ਉਦੋਂ ਆਣ ਗਵਾਂਡ ਦੀਆਂ ਜਨਾਨੀਆਂ ਨੇ ਕਿਹਾ ਸੀ ਕੁੜੀਆਂ ਕਿੱਥੇ ਮਰਦੀਆਂ ਨੇ ਮਾਪਿਆਂ ਦਾ ਚੰਗੀ ਤਰ੍ਹਾਂ ਖੂਨ ਪੀ ਕੇ ਜਾਣਗੀਆਂ ਔਰ ਤਾਂ ਇਹ ਗੱਲਾਂ ਸੁਣ ਕੇ ਸ਼ਾਮਲੀ ਦੀ ਮਾਤਾ ਮੁਸਕਰਾ ਪਈ ਸੀ। ਇੱਕ ਅਜਈ ਮੁਸਕਣੀ ਜਿਹੜੀ ਕੇਵਲ ਔਰਤ ਹੀ ਮੁਸਕਰਾ ਸਕਦੀ ਹੈ। ਪਰ ਸ਼ਾਮਲੀ ਵੱਲ ਤੱਕ ਕੇ ਉਹ ਇੱਕ ਹੌਕਾ ਭਰੇ ਬਿਨਾਂ ਨਹੀਂ ਸੀ ਰਹੀ। ਉਸ ਵੇਲੇ ਸ਼ਾਮਲੀ ਦੀਆਂ ਮਾਸੂਮ ਅੱਖਾਂ ਕਹਿ ਰਹੀਆਂ ਸਨ। ਇਹਦੇ 'ਚ ਮੇਰਾ ਕੀ ਕਸੂਰ ਹੈ? ਸ਼ਾਮਲੀ ਰੋ ਰਹੀ ਸੀ ਤੇ ਉਹਦੀ ਮਾਤਾ ਉਹਦੇ ਵੱਲੋਂ ਬੇਮੁਖ ਹੋ ਕੇ ਰਸੋਈ ਦਾ ਕੰਮ ਕਰੀ ਜਾ ਰਹੀ ਸੀ। ਰੋ ਲੈ ਤੂੰ ਵੀ। ਉਹ ਗੁੱਸੇਟ ਕਹਿੰਦੀ। ਉਹਦੀ ਗੱਲ ਸੁਣ ਕੇ ਸਾੰਵਲੀ ਕੀ ਕਹਿਣਾ ਚਾਹੁੰਦੀ ਸੀ। ਉਹਨੇ ਇਹ ਗੱਲ ਕਦੀ ਨਹੀਂ ਸੀ ਸੋਚੀ। ਜੇਕਰ ਉਹ ਸਾੰਵਲੀ ਵੱਲ ਧਿਆਨ ਦਿੰਦੀ ਤਾਂ ਉਹਨੂੰ ਪਤਾ ਲੱਗਦਾ ਕਿ ਸਾੰਵਲੀ ਜ਼ੋਰ-ਜ਼ੋਰ ਨਾਲ ਕਹਿਣਾ ਚਾਹੁੰਦੀ ਸੀ। ਮਾਂ ਮੈਨੂੰ ਭੁੱਖ ਲੱਗੀ ਐ। ਮੈਨੂੰ ਦੁੱਧ ਦੇ, ਮੈਨੂੰ ਦੁੱਧ ਦੇ। ਪਰ ਸਾੰਵਲੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਆਪਣੇ ਮਨ ਦੀ ਗੱਲ ਕਿਵੇਂ ਕਹੇ। ਉਹਨੂੰ ਹਾਲੇ ਕੋਈ ਵੀ ਭਾਸ਼ਾ ਨਹੀਂ ਸੀ ਆਉਂਦੀ। ਸਾਂਬਲੀ ਦੀਆਂ ਦੋਵੇਂ ਵੱਡੀਆਂ ਭੈਣਾਂ ਸਕੂਲੇ ਜਾਂਦੀਆਂ ਸਨ। ਉਹ ਜਦੋਂ ਸਕੂਲ ਦਾ ਕੰਮ ਮੁਕਾ ਲੈਂਦੀਆਂ ਸਾਂਬਲੀ ਵੱਲ ਤੱਕਦੀਆਂ। ਮੈਨੂੰ ਚੁੱਕ ਲਓ, ਮੈਨੂੰ ਖਿਡਾਓ। ਸਾਂਬਲੀ ਦੀ ਨਜ਼ਰ ਉਹਨਾਂ ਨੂੰ ਕਹਿ ਰਹੀ ਹੁੰਦੀ। ਪਰ ਉਹ ਸਾਂਬਲੀ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦੀਆਂ। ਕਿਉਂਕਿ ਉਹਨਾਂ ਦੀ ਮਾਤਾ ਵੀ ਤਾਂ ਸਾਂਬਲੀ ਵੱਲ ਧਿਆਨ ਨਹੀਂ ਸੀ ਦਿੰਦੀ। ਨਾਲੇ ਉਹ ਹਲੇ ਛੋਟੀਆਂ ਸਨ। ਉਹਨਾਂ ਕੋਲੋਂ ਸਕੂਲ ਦਾ ਕੰਮ ਹੀ ਨਹੀਂ ਸੀ ਮੁੱਕਦਾ। ਹਾਂ। ਜਦੋਂ ਆਂਡ ਗਵਾਂ ਦੇ ਕਿਸੇ ਘਰ 'ਚ ਕੋਈ ਮੁੰਡਾ ਜੰਮਦਾ ਤਦੋਂ ਕੁੜੀਆਂ ਸਾਂਮਲੀ ਨੂੰ ਦੇਖ ਕੇ ਕਹਿੰਦੀਆਂ ਸੀ ਤੂੰ ਸਾਡਾ ਵੀਰ ਬਣ ਕੇ ਕਿਉਂ ਨਾ ਆਈ ਪਰ ਸਾਂਮਲੀ ਕੋਈ ਵੀ ਜਵਾਬ ਨਾ ਦੇ ਸਕਦੀ ਉਹ ਕੀ ਜਵਾਬ ਦਿੰਦੀ ਘਰ ਦਾ ਕੰਮ ਕਾਜ ਕਰਨ ਵਾਸਤੇ ਤੇ ਸਾਂਮਲੀ ਨੂੰ ਖਿਡਾਉਣ ਲਈ ਪਿਛਲੇ ਦਿਨੀ ਜਿਹੜਾ ਮੁੰਡੂ ਰੱਖਿਆ ਗਿਆ ਸੀ ਉਹ ਸਾਂਮਲੀ ਨੂੰ ਬਿਲਕੁਲ ਪਸੰਦ ਨਹੀਂ ਸੀ ਉਦੇ ਖੁਰਦਰੇ ਹੱਥ ਹਰ ਵੇਲੇ ਉਹਨੂੰ ਚੁੱਪਦੇ ਰਹਿੰਦੇ ਸਨ ਤੇ ਜਦੋਂ ਸ਼ਾਮਲੀ ਦੀ ਮਾਤਾ ਉਹਨੂੰ ਕ੍ਰੋਧ ਨਾਲ ਤੱਕਦੀ ਤਾਂ ਉਹ ਸ਼ਾਮਲੀ ਨੂੰ ਚੁੱਪ ਕਰ ਜਾਣ ਵਾਸਤੇ ਘੂਰੀ ਪਾਉਂਦਾ ਪਰ ਸ਼ਾਮਲੀ ਸਹਿਮ ਕੇ ਹੋਰ ਵੀ ਜ਼ੋਰ ਨਾਲ ਰੋਦੀ ਉਹਨੂੰ ਹਾਲੇ ਤੱਕ ਇੰਨੀ ਸਮਝ ਨਹੀਂ ਸੀ ਆਈ ਕਿ ਮੁੰਡੂ ਦੀ ਘੂਰੀ ਦਾ ਮਤਲਬ ਸੀ ਚੁੱਪ ਕਰ ਜਾ ਮੋਈਏ ਅਸਲ 'ਚ ਮੰਡੂ ਨੂੰ ਹੁਕਮ ਸੀ ਕਿ ਉਹਨੇ ਸਾਰਾ ਕੰਮ ਵੀ ਕਰਨਾ ਤੇ ਸਾੰਬਲੀ ਨੂੰ ਵੀ ਰੋਂਣ ਨਹੀਂ ਦੇਣਾ ਇਸ ਲਈ ਮੰਡੂ ਮੰਡੂ ਸਾੰਬਲੀ ਨੂੰ ਰੋਂਦੀ ਛੱਡ ਕੇ ਨੱਸ ਗਿਆ ਸੀ ਤੇ ਉਹਨੇ ਮੁੜ ਕੇ ਵੀ ਨਹੀਂ ਸੀ ਤੱਕਿਆ ਉਸ ਵੇਲੇ ਸਾੰਬਲੀ ਨੇ ਸ਼ਾਇਦ ਸੋਚਿਆ ਸੀ ਮਾਪਿਆਂ ਤੋਂ ਬਿਨਾਂ ਧੀਆਂ ਨੂੰ ਕੌਣ ਲੜ ਲੜਾ ਸਕਦਾ ਹੈ ਸਾੰਬਲੀ ਹਰ ਵੇਲੇ ਰੋਂਦੀ ਹੈ ਸਾੰਬਲੀ ਦੀਆਂ ਭੈਣਾਂ ਕਹਿੰਦੀਆਂ ਸਨ ਉਹ ਹਰ ਗੱਲ ਬੋਲ ਕੇ ਕਹਿ ਲੈਂਦੀਆਂ ਸਨ ਕਿਉਂ ਮਾਤਾ ਜੀ ਇਹ ਕਿਉਂ ਰੋਂਦੀ ਹੈ ਰੋ ਲੈਣ ਦਿਓ ਇਹਨੂੰ ਸਾੰਬਲੀ ਦੀ ਮਾਤਾ ਕਹੇ ਕਿ ਪਰ ਇਹ ਹਟ ਜਾਂਦੀ ਉਹਦੇ ਕਹਿਣ ਦਾ ਭਾਵ ਸੀ ਇਹ ਤਾਂ ਵਰੇ ਭਰ ਮਗਰੋਂ ਰੋਣਾ ਹਟ ਜਾਏਗੀ ਪਰ ਮੇਰੇ ਲਈ ਤਾਂ عمر ਦਾ ਰੋਣਾ ਪੈ ਗਿਆ ਇਥੇ ਧੀਆ ਦੀ ਕੀ ਲੋੜ ਹੈ ਇਹ ਬੋਲਦੀ ਕਿਉਂ ਨਹੀਂ ਸਾੰਬਲੀ ਦੀਆਂ ਭੈਣਾਂ ਫੇਰ 마ਸੂਮੀਅਤ ਨਾਲ ਪੁੱਛਦੀਆਂ ਤਾਂ ਮਾਤਾ ਕਹਿੰਦੀ ਹਲੇ ਛੋਟੀ ਮੈਂ ਬੋਲਣਾ ਚਾਹੁੰਨੀ ਆ ਮੈਂ ਬੋਲਣਾ ਚਾਹੁੰਨੀ ਆ ਮੈਂ ਬੋਲਣਾ ਚਾਹੁੰਨੀ ਆ ਸਾੰਬਲੀ ਰੋਂਦੀ ਰੋਂਦੀ ਕਹਿੰਦੀ ਪਰ ਉਹਦੇ ਮਨ ਦੀ ਗੱਲ ਕੋਈ ਵੀ ਨਹੀਂ ਸੀ ਸਮਝਦਾ ਕੋਈ ਵੀ ਨਹੀਂ ਤੈਨੂੰ ਕੀ ਤਕਲੀਫ ਹੈ ਸਾੰਬਲੀ ਨੂੰ ਰੋਂਦੀ ਤੱਕ ਕੇ ਉਹਦੀਆਂ ਭੈਣਾਂ ਪੁੱਛਦੀਆਂ ਪਰ ਉਹ ਕੁਝ ਕਹਿਣ ਦੀ ਬਜਾਏ ਰੋਈ ਜਾਂਦੀ ਐਸੇ ਉਹ ਬੋਲ ਸਕਦੀ ਤਾਂ ਕਹਿੰਦੀ ਮੈਨੂੰ ਕੋਈ ਵੀ ਤਕਲੀਫ ਨਹੀਂ ਪਰ ਮੈਂ ਬੋਲ ਕਿਉਂ ਨਹੀਂ ਸਕਦੀ ਮੈਂ ਬੋਲਦੀ ਕਿਉਂ ਨਹੀਂ ਉਹਦਾ ਕੋਈ ਵੀ ਜਵਾਬ ਨਾ ਦਿੰਦਾ ਕਿਸੇ ਵੇਲੇ ਸ਼ਾਮਲੀ ਵੇਖਦੀ ਕਿ ਉਹਦੀ ਮਾਤਾ ਉਹਦੀਆਂ ਭੈਣਾਂ ਨਾਲ ਗੱਲਾਂ ਕਰ ਰਹੀ ਹੁੰਦੀ ਸੀ ਉਹ ਚੁੱਪਕੀਤੀ ਧਿਆਨ ਲਾ ਕੇ ਸੁਣਦੀ ਕਿ ਕੀ ਗੱਲਾਂ ਕਰ ਰਹੀਆਂ ਹਨ ਪਰ ਉਹ ਕੁਝ ਵੀ ਸਮਝ ਨਾ ਸਕਦੀ ਉਹਦਾ ਜੀ ਕਰਦਾ ਕਹੀ ਮੈਨੂੰ ਸਮਝਾਓ ਤੁਸੀਂ ਕੀ ਗੱਲਾਂ ਕਰ ਰਹੀਆਂ ਪਰ ਉਹ ਰੋਣ ਦੇ ਸਿਵਾ ਕੁਝ ਨਾ ਕਰਦੀ ਉਸ ਵੇਲੇ ਉਹਦੀ ਮਾਤਾ ਕਹਿ ਰਹੀ ਹੁੰਦੀ ਤੱਕੋ ਕਿਵੇਂ ਸਿਆਣਿਆਂ ਵਾਂਗ ਦੇਖ ਰਹੀ ਹੈ ਮੇਰੀ ਧੀ ਸਮਝਦਾਰ ਹੋਏਗੀ ਫਿਰ ਪਤਾ ਨਹੀਂ ਕਿਉਂ ਡੁਸਕਣ ਲੱਗ ਪੈਂਦੀ ਤੇ ਸਾਮਲੀ ਉਦਾਸ ਹੋ ਜਾਂਦੀ ਸਾਮਲੀ ਦਾ ਪਿਤਾ ਦਫ਼ਤਰ ਜਾਂਦਾ ਹੋਇਆ ਤੇ ਦਫ਼ਤਰੋਂ ਪਰਤਦਾ ਹੋਇਆ ਉਹਨੂੰ ਵੇਖ ਕੇ ਸੀਟੀ ਵਜਾਉਂਦਾ ਤਾਂ ਉਹਦੇ ਮਨ 'ਚ ਵੀ ਆਉਂਦਾ ਕਿ ਉਹ ਵੀ ਸੀਟੀ ਵਜਾ ਕੇ ਜਵਾਬ ਦੇਵੇ ਪਰ ਉਹ ਕੁਝ ਨਾ ਕਹਿ ਸਕਦੀ 6 ਮਹੀਨਿਆਂ ਦੀ ਹੋ ਗਈ ਹੈ ਪਤਾ ਨਹੀਂ ਕਦੋਂ ਬੋਲਣ ਲੱਗੇਗੀ ਸਾਂਵਲੀ ਦੀ ਮਾਤਾ ਕਹਿੰਦੀ ਤਾਂ ਉਹ ਸੋਚਦੀ ਮੈਂ ਕਾਫੀ ਵੱਡੀ ਹੋ ਗਈਆਂ ਬੋਲਦੀ ਕਿਉਂ ਨਹੀਂ ਤੇ ਉਹ ਬੋਲਣ ਵਾਸਤੇ ਮੂੰਹ ਖੋਲਦੀ ਪਰ ਉਹਨੂੰ ਪਤਾ ਨਾ ਲੱਗਦਾ ਕੀ ਕਹੇ ਬੋਲ ਕੇ ਕੁਝ ਕਹਿ ਸਕਣਾ ਉਹਨੂੰ ਬਹੁਤ ਔਖਾ ਲੱਗਦਾ ਸੀ ਪਤਾ ਨਹੀਂ ਇਹ ਲੋਕ ਕਿਵੇਂ ਬੋਲ ਲੈਂਦੇ ਨੇ ਉਹ ਹੈਰਾਨੀ ਨਾਲ ਸੋਚਦੀ ਸਾਂਵਲੀ ਤੜਕ ਸਾਰੀ ਜਾਗ ਪੈਂਦੀ ਸੀ ਉਸ ਵੇਲੇ ਉਹ ਸੁਣਦੀ खिड़की ਤੋਂ ਬਾਹਰ ਵਿੜੇਚ ਲੱਗੇ ਹੋਏ ਨਿੰਮ ਦੇ ਬਿਰਛ ਤੇ ਬੈਠੇ ਹੋਏ ਪੰਛੀ ਚੀਂ ਚੀ ਚੂੰ ਚੂੰ ਕਰਦੇ ਹੋਏ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਸਨ। ਸਾਉਂਬਲੀ ਦਾ ਜੀ ਕਰਦਾ ਕਹੇ ਮੇਰੇ ਕੋਲ ਆਓ ਮੇਰੇ ਨਾਲ ਗੱਲਾਂ ਕਰੋ ਮੇਰੇ ਸਾਹਮਣੇ ਆਓ ਤੁਸੀਂ ਕੌਣ ਹੋ ਪਰ ਪੰਛੀ ਆਪਸ ਵਿੱਚ ਹੀ ਬੋਲਦੇ ਰਹਿੰਦੇ ਤੇ ਉਹਦੀ ਗੱਲ ਸਮਝ ਕੇ ਉਹਦੇ ਕੋਲ ਕਦੀ ਨਾ ਆਉਂਦੇ। ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਸ਼ਾਮਲੀ ਕੌਣ ਹੈ ਜਦੋਂ ਰੋਣ ਲੱਗਦੀ ਤਾਂ ਦੀ ਪੰਛੀਆਂ ਨੂੰ ਉਹਦੀ ਹੋਣ ਦਾ ਪਤਾ ਲੱਗਦਾ ਪਰ ਉਹ ਇਹ ਗੱਲ ਨਾ ਜਾਣ ਸਕਦੇ ਕਿ ਇੱਕ ਛੋਟੀ ਜੀ ਬੱਚੀ ਦੀ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ ਸ਼ਾਮਲੀ ਭੁੱਖੀ ਸੀ ਤੇ ਰੋ ਰਹੀ ਸੀ ਉਹ ਰੋਂਦੀ ਹੋਈ ਆਪਣੀ ਮਾਤਾ ਨੂੰ ਕਹਿ ਰਹੀ ਸੀ ਮੈਨੂੰ ਦੁੱਧ ਪਿਲਾਓ ਮੈਨੂੰ ਦੁੱਧ ਪਿਲਾਓ ਵਿਲਕਦੀ ਹੋ ਮੈਂ ਕੀ ਕਰਾਂ ਮੈਂ ਕੀ ਕਰਾਂ ਸਾਂਬਲੀ ਦੀ ਮਾਤਾ ਨੇ ਖਿਜ ਕੇ ਕਿਹਾ ਮੇਰੇ ਲਈ ਹੋਰ ਵੀ ਬੜੇ ਕੰਮ ਨੇ ਤੇ ਤੂੰ ਬਿਸਤਰੇ ਤੇ ਪਈ ਮਰਨੀ ਚੱਲੀ ਮੈਂ ਦੁੱਧ ਪੀਣਾ ਹੈ ਮੈਂ ਦੁੱਧ ਪੀਣਾ ਹੈ ਸਾਂਬਲੀ ਨੇ ਬੜੇ ਜ਼ੋਰ ਨਾਲ ਕਿਹਾ ਪਰ ਉਹਦੀ ਮਾਤਾ ਨੇ ਉਹਦੇ ਵੱਲ ਜ਼ਰਾ ਵੀ ਧਿਆਨ ਨਾ ਦਿੱਤਾ ਤਾਂ ਉਹ ਚਾਣ ਕੇ ਚੁੱਪ ਕਰ ਗਈ ਸਾਂਬਲੀ ਨੂੰ ਕੀ ਹੋਇਆ ਉਹ ਚੁੱਪ ਕਿਉਂ ਕਰ ਗਈ ਹਲੇ ਉਹਦੀ ਮਾਤਾ ਸੋਚ ਵੀ ਨਹੀਂ ਸੀ ਸਕੀ ਜਦੋਂ ਕਿ ਸਾਂਬਲੀ ਨੇ ਜ਼ੋਰ ਨਾਲ ਬੋਲ ਕੇ ਕਿਹਾ ਮਾਂ ਮਾਂ ਸ਼ਾਮਲੀ ਦੀ ਆਵਾਜ਼ ਬਹੁਤ ਹੀ ਕੋਮਲ ਤੇ ਮਿੱਠੀ ਸੀ ਉਸ ਵੇਲੇ ਲੱਗਾ ਜਿਵੇਂ ਵਾਤਾਵਰਨ 'ਚ ਇੱਕ ਨਗਮਾ ਥਿਰਕ ਗਿਆ ਹੋਵੇ ਆਤਮਾ ਨੂੰ ਕਿਸੇ ਨੇ ਅਸੀਮ ਪ੍ਰੇਮ ਨਾਲ ਛੋਹ ਲਿਆ ਹੋਵੇ ਤੇ ਕੋਈ ਸੂਖਮ ਪਾਵਾਂ ਵਾਲੀ ਕਵਿਤਾ ਆਪਣੇ ਭਾਪੂਰਨ ਸ਼ਬਦਾਂ ਨਾਲ ਸਾਕਾਰ ਹੋ ਗਈ ਹੋਵੇ ਆਪਣੇ ਸ਼ਾਮਲੀ ਧੀ ਦੇ ਮੂੰਹ ਮਾਂ ਸ਼ਬਦ ਸੁਣ ਕੇ ਉਹਦੀ ਮਾਤਾ ਰਸੋਈ ਘਰ ਚੋਂ ਨਸੀ ਆਈ ਹਾਈ ਮਹਿਮਰਜਾ ਮੇਰੀ ਧੀ ਕੀ ਕਹਿੰਦੀ ਹੈ ਸਾੰਬਲੀ ਨੇ ਆਪਣੀ ਮਾਤਾ ਨੂੰ ਦੇਖ ਕੇ ਫੇਰ ਕਿਹਾ ਮਾਂ 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 ਤੇ ਉਹਨੇ ਆਪਣੀ ਮਾਤਾ ਪਲਵਧਨ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਉਹਦੇ ਛੋਟੇ ਛੋਟੇ ਕਮਲ ਵਰਗੇ ਹੱਥ ਕਦੀ ਖੁੱਲਦੇ ਸੀ ਕਦੀ ਬੰਦ ਹੁੰਦੇ ਸੀ ਮੈਂ ਸਮਝ ਗਈ ਮੈਂ ਸਮਝ ਗਈ ਕਹਿ ਕੇ ਮਾਤਾ ਨੇ ਸਾੰਬਲੀ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ ਉਸ ਵੇਲੇ ਸਾੰਬਲੀ ਦੇ ਮਾਤਾ ਦਾ ਦੁੱਧ ਉਤਰ ਆਇਆ ਸੀ ਤੇ ਅਮਰਤ ਦੀਆਂ ਬੂੰਦਾਂ ਸਾੰਬਲੀ ਦੇ ਮੂੰਹ 'ਚ ਡੁੱਲਣ ਲੱਗ ਪਈਆਂ ਸਨ ਮੈਂ ਇਸ ਮਾਸੂਮ ਜਿੰਦਰੀ ਵੱਲ ਕਿਉਂ ਨਹੀਂ ਧਿਆਨ ਦਿੰਦੀ ਉਹਨੇ ਸੋਚਿਆ ਤੇ ਉਹ ਸਾੰਬਲੀ ਦੀ ਸੁਬਕ ਦੇਨ ਨੂੰ ਭੁਲੋਸਣ ਲੱਗ ਪਈ ਧੀਆਂ 'ਚ ਕਿਤੇ ਜਾਨ ਨਹੀਂ ਹੁੰਦੀ ਉਸ ਵੇਲੇ ਸਾੰਬਲੀ ਦੀ ਮਾਤਾ ਉਹਦੇ ਹੰਝੂ ਪਹੁੰਚਦੀ ਹੋਈ ਉਹਨੂੰ ਕਹਿ ਰਹੀ ਸੀ ਸਾੰਬਲੀ ਤੂੰ ਕਿਉਂ ਰੋ ਰਹੀ ਹੈਂ ਸਾੰਬਲੀ ਤੂੰ ਕਿਉਂ ਰੋ ਰਹੀ ਹੈਂ ਤੂੰ ਤਾਂ ਮੇਰੀ लाਡਲੀ ਤੀਂ ਹੈ ਸਾੰਬਲੀ ਦੁੱਧ ਪੀ ਰਹੀ ਸੀ ਸੋਚ ਰਹੀ ਸੀ ਮੇਰੀ ਮਾਂ ਕਿੰਨੀ ਚੰਗੀ ਹੈ ਮੇਰੀ ਮਾਂ ਕਿੰਨੀ ਚੰਗੀ ਹੈ ਧੰਨਵਾਦ